ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬਣਾਉਣ ਲੱਗੀ ਹਾਂ ਬੋਇਲ ਕੀਤੇ ਹੋਏ ਅੰਡਿਆਂ ਦੀ ਸਬਜ਼ੀ। ਇਸ ਵਾਸਤੇ ਮਟੀਰੀਅਲ ਵਿੱਚ ਲੈ ਲਿਆ ਪਿਆਜ਼, ਅਦਰਕ ਅਤੇ ਲਸਣ। ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਲਿਆ ਧੋ ਅਤੇ ਹਾਂਜੀ ਹੁਣ ਕੜਾਹੀ ਗਰਮ ਕਰਕੇ ਇਸ ਵਿੱਚ ਐਡ ਕਰ ਲਿਆ ਘਿਓ ਅਤੇ ਘਿਓ ਗਰਮ ਹੋਣ ਤੋਂ ਬਾਅਦ ਇਸ ਵਿੱਚ ਐਡ ਕਰਤਾ 1 ਚਮਚ ਜੀਰਾ। ਹਾਂਜੀ ਜੀਰੇ ਨੂੰ ਕਰ ਲੈਣਾ ਚੰਗੀ ਤਰ੍ਹਾਂ ਫਰਾਈ। ਹੁਣ ਜੀਰਾ ਹੋ ਗਿਆ ਬਰਾਊਨ ਅਤੇ ਹੁਣ ਇਸ ਵਿੱਚ ਲਸਣ, ਅਦਰਕ ਅਤੇ ਪਿਆਜ਼ ਦਾ ਪੇਸਟ ਐਡ ਕਰ ਲੈਣਾ। ਟਮਾਟਰ ਵੀ ਐਡ ਕਰ ਸਕਦੇ ਹਾਂ। ਹਾਂਜੀ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਔਰ ਬਰਾਊਨ ਹੋਣ ਤੱਕ ਭੁੰਨ ਲੈਣਾ ਆ ਅਤੇ ਹੁਣ ਹਲਕਾ ਹਲਕਾ ਹੋ ਰਿਹਾ ਬਰਾਊਨ। ਲਸਣ ਅਦਰਕ ਪਿਆਜ਼ ਦਾ ਪੇਸਟ ਹੋ ਗਿਆ ਹਲਕਾ ਬਰਾਊਨ ਅਤੇ ਹੁਣ ਵਿੱਚ ਇਸ ਵਿੱਚ ਐਡ ਕਰਨੀ ਹੈ 1 ਚਮਚ ਮਿਰਚ ਔਰ 1 ਚਮਚ ਹਲਦੀ ਪਾਊਡਰ ਦਾ ਔਰ 1 ਚਮਚ ਨਮਕ ਦਾ ਔਰ 1 ਚਮਚ ਜਿਹੜਾ ਗਰਮ ਮਸਾਲਾ। ਅਤੇ ਇਹ ਸਾਰੇ ਮਸਾਲੇ ਜਿਹੜੇ ਵਿੱਚ ਐਡ ਕਰਕੇ ਇਸ ਨੂੰ ਕਰ ਲੈਣਾ ਮਿਕਸ। ਮਸਾਲਾ ਸਾਰਾ ਹੋ ਗਿਆ ਮਿਕਸ ਅਤੇ ਹੁਣ ਵਿੱਚ 1/2 ਗਲਾਸ ਪਾਣੀ ਦਾ ਪਾ ਕੇ ਇਸ ਨੂੰ ਬੋਇਲ ਕਰਨਾ, ਚੰਗੀ ਤਰ੍ਹਾਂ ਭੁੰਨ ਲੈਣਾ ਆ ਤਾਂ ਕਿ ਜਿਹੜਾ ਮਸਾਲਾ ਆ ਉਹਦੇ ਉੱਤੇ ਤਰੀ ਆ ਜਾਵੇ ਔਰ ਮਸਾਲਾ ਬਿਲਕੁਲ ਪੱਕ ਜਾਵੇ। ਹਾਂਜੀ ਨਾਲ ਹੀ ਮਸਾਲਾ ਪੱਕ ਰਿਹਾ ਅਤੇ ਮੈਂ ਅੰਡੇ ਜਿਹੜੇ ਉਬਾਲੇ ਹੋਏ ਸੀਗੇ ਛਿਲਣੇ ਕਰਤੇ ਆ ਸਟਾਰਟ, ਅਤੇ ਹੁਣ ਸਾਰੇ ਅੰਡੇ ਜਿਹੜੇ ਛਿੱਲ ਗਏ ਤਾਂ ਹੁਣ ਇਸ ਨੂੰ ਬਰੀਕ ਬਰੀਕ ਪੀਸ ਵਿੱਚ ਕੱਟ ਲੈਣਾ ਆ। ਹਾਂਜੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਵੀ ਕਰ ਸਕਦੇ ਹਾਂ, ਦੋਨੋਂ ਤਰ੍ਹਾਂ ਦੇ ਬਣਾ ਸਕਦੇ ਹਾਂ। ਅਸੀਂ ਤਾਂ ਦੋਨੋਂ ਤਰ੍ਹਾਂ ਦੇ ਬਣਾ ਲੈਂਦੇ ਹਾਂ, ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਵੈਸੇ ਤਾਂ ਗਰਮੀ ਦਾ ਮੌਸਮ ਹੈ ਲੇਕਿਨ ਹੁਣ ਪੈ ਰਿਹਾ ਮੀਂਹ, ਇਸ ਕਰਕੇ ਇਹਦਾ ਸਵਾਦ ਹੋਰ ਵੀ ਟੇਸਟੀ ਹੋ ਜਾਂਦਾ ਆ। ਅਤੇ ਹਾਂਜੀ ਮੈਂ ਸਾਰੇ ਪੀਸ ਜਿਹੜੇ ਆ ਕੱਟ ਲਏ ਆ, ਥੋੜ੍ਹੇ ਬਰੀਕ ਕਰ ਲਏ ਆ ਅਤੇ ਹੁਣ ਇਹਨਾਂ ਨੂੰ ਬਰੀਕ ਕਰਨ ਤੋਂ ਬਾਅਦ ਐਡ ਕਰਨਾ ਆ ਭੁੱਜੇ ਹੋਏ ਮਸਾਲੇ ਦੇ ਵਿੱਚ। ਮਸਾਲਾ ਬਿਲਕੁਲ ਭੁੱਜ ਚੱਕਿਆ ਅਤੇ ਇਸ ਵਿੱਚ ਆਂਡੇ ਦੇ ਪੀਸ ਜਿਹੜੇ ਆ ਉਹ ਕਰਤੇ ਆ ਐਡ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਦੇਣਾ ਹੈ ਮਿਕਸ ਅਤੇ ਫਿਰ ਇਸ ਵਿੱਚ 2 ਗਲਾਸ ਪਾਣੀ ਦੇ ਪਾ ਕੇ ਇਹਨੂੰ ਬੋਇਲ ਕਰਨਾ ਹੈ, ਕਿਉਂਕਿ ਜਿਵੇਂ ਜਿਵੇਂ ਬੋਇਲ ਹੋਊਗਾ ਉਵੇਂ ਉਵੇਂ ਮਸਾਲਾ ਸਾਰਾ ਅੰਡਿਆਂ ਦੇ ਪੀਸ ਦੇ ਵਿੱਚ ਰਚੀ ਜਾਊਗਾ ਔਰ ਸਬਜ਼ੀ ਬਣ ਜਾਊਗੀ ਬਹੁਤ ਜ਼ਿਆਦਾ ਟੇਸਟੀ। ਹੁਣ ਇਹਨੂੰ ਮੈਨੂੰ ਢੱਕਤਾ ਆ, ਢੱਕਣ 10 ਮਿੰਟ ਬਾਅਦ ਦੇਖਣਾ ਹੈ ਕਿ ਇਹ ਬਣ ਰਹੀ ਹੈ ਸਬਜ਼ੀ, ਬਿਲਕੁਲ ਵਧੀਆ ਬਣ ਰਹੀ ਹੈ। ਹਾਂਜੀ ਹੁਣ ਇਹ ਹੋ ਗਈ ਹੈ ਤਿਆਰ ਅਤੇ ਇਸ ਮੇਥੀ ਪਾਊਡਰ ਪਾ ਕੇ ਕਰਤੀ ਹੈ ਡੈਕੋਰੇਟ। ਹਾਂਜੀ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਇਸ ਮੌਸਮ 'ਚ ਲੱਗਦੀ ਬਹੁਤ ਹੀ ਜ਼ਿਆਦਾ ਟੇਸਟੀ। ਠੀਕ ਹੈ ਜੀ ਵੀਡੀਓ ਤਾਂ ਕਰਦੇ ਐਂਡ, ਮਿਲਦੇ ਨੈਕਸਟ ਵੀਡੀਓ ਵਿੱਚ।